ਦੋਸਤੋ ਮੇਰੇ ਇੱਕ ਦੋਸਤ ਆ ਜੀ, ਉਹ ਆਪ ਬਾਹਰ ਹੁੰਦੇ ਸੀ, ਪਿੱਛੇ ਉਹਨਾਂ ਦਾ ਭਾਈ ਕਬੂਤਰ ਉਡਾਉਂਦਾ ਹੁੰਦਾ ਸੀਗਾ ਜੀ, ਉਹ ਵੀ ਬਾਹਰ ਚਲੇ ਗਏ ਪਿੱਛੇ ਜਨਾਬ। ਇਹ ਉਹਨਾਂ ਦਾ ਨਿਚੋੜ, 1.5 ਸਾਲ ਦੀ ਮਿਹਨਤ। ਪਿਛਲੇ ਸਾਲ ਜਿਹੜੇ ਬੱਚੇ, ਪਹਿਲੇ ਬੱਚਿਆਂ ਦੇ ਟੂਰਨਾਮੈਂਟ ਉਡਾਏ, ਬੱਚੇ ਰਾਤ ਰਾਤ ਰਵਿੰਦੇ ਰਹੇ, ਫਿਰ ਬਾਅਦ 'ਚ ਵਿਸਾਖ ਦੇ ਵਿੱਚ ਉਹਨਾਂ ਨੇ 10 ਵਾਰ ਸਾਫ਼ ਕਰਾ ਕੇ ਇਹ ਪਟਾਈ ਦੇ ਕੇ ਉਡਾਏ। ਇਹ ਵਿਸਾਖ ਦੇ ਵਿੱਚ 6-6 ਸਾਸਾ ਜਿਹੜੇ ਰਾਤ ਰਾਤ ਰਹਿੰਦੇ ਰਹੇ ਜਨਾਬ, ਪੱਠੀਆਂ ਪੱਠੇ ਵਿੱਚ ਮਾਦੀਆਂ ਵਾ ਅਤੇ ਨਰ ਵਾ, ਇਹ ਟੋਟਲ 14 ਪੀਸ ਆ ਮੇਰਾ ਖਿਆਲ ਆ। ਇਹ ਤਾਂ ਪੱਠੀ ਜਦੋਂ ਉੱਡੀ ਰਾਤ ਹੀ ਰਹੀ ਆ, ਇਹਨੂੰ ਸ਼ੌਕ ਹੀ ਆ ਜਿੱਦਾਂ ਪੱਠੀ ਆ, ਪਤਾ ਨਹੀਂ ਪੱਠਾ। ਮੈਨੂੰ ਇਕੱਲੇ ਇਕੱਲੇ ਕਬੂਤਰ ਦਾ ਯਾਦ ਆ, ਕਿਉਂਕਿ ਮੈਨੂੰ ਦੱਸਦੇ ਹੁੰਦੇ ਸੀ ਆਹ ਕਬੂਤਰ ਬਹਿ ਗਿਆ, ਨਹੀਂ ਯਾਰ ਰਾਤ ਰਹਿ ਕੇ 2 ਵਾਰੀ ਆ ਗਿਆ, 3 ਵਾਰੀ ਆ ਗਿਆ, ਉਹ ਕਬੂਤਰ 14 ਵਾ ਮੇਰਾ ਖਿਆਲ। ਇਹ ਦੇਖੋ ਖਲੋਣੀਆਂ ਬਹਿਣੀਆਂ ਭਾਈ ਜੀ, ਭਰਾ ਵਾ ਆਪਣੇ, ਉਹਨਾਂ ਕਿਹਾ ਸਾਖੀ ਭਾਈ ਤੂੰ ਲੈ ਆ ਯਾਰ, ਫੈਸਲਾਬਾਦ 'ਚ ਜਾ ਕੇ ਉਡਾ, ਤੈਨੂੰ ਪਤਾ ਲੱਗੇਗਾ ਕਿ ਕਿਸੇ ਭਰਾ ਨੇ ਕਬੂਤਰ ਦਿੱਤੇ ਸੀਗੇ, ਆਪ ਉਡਾ ਲਈ। ਮੈਂ ਕਿਹਾ ਭਾਅ ਜੀ ਮੈਂ ਨਹੀਂ ਡੋਣੇ, ਚੱਕਰ ਉਹਦੀਆਂ ਛਾਤੀਆਂ, ਇਹ ਦੇਖੋ। ਮੈਂ ਕਿਹਾ ਯਾਰ ਮੈਂ ਨਹੀਂ ਡੋਣੇ, ਮੈਂ ਕਿਸੇ ਭਰਾ ਨੂੰ ਦੇ ਦਿਉਂ, ਕਿ ਫਿਰ ਭਰਾ ਐਸੇ ਨੂੰ ਦਈ ਕਿ ਜਿਹੜਾ ਸਾਰੀ ਉਮਰ ਤੇਰਾ ਗਾਹਕ ਬਣ ਜਾਏ, ਤਾਂ ਮੰਗੇ ਇਹਨਾਂ ਦੇ, ਇਹਨਾਂ ਦੇ ਮਾਂ ਪਿਓ ਉਹਨਾਂ ਨੇ ਮੈਨੂੰ ਦੇ ਦਿੱਤੇ ਇਹ 14-15 ਦਿਨਾਂ ਪੱਠੀਆਂ ਪੱਠੇ ਆ ਜੀ। ਮੇਰਾ ਦਿਲ ਆ ਮੈਂ ਕਿਸੇ ਐਸੇ ਭਰਾ ਨੂੰ ਦੇਵਾਂ ਜਿਹੜਾ ਸਾਰੀ ਉਮਰ ਮੈਨੂੰ ਦਵਾਵਾਂ ਦੇਵੇ, ਇਹ ਜਿਹਾ ਕਰ ਲਓ। ਔਰ ਭੁੱਖ ਲਾਉਣ ਵਾਲੇ ਆ ਜੀ, ਭੁੱਖ ਲਾਉਣ ਵਾਲੇ, ਔਰ ਇਹ ਪੂਰੇ 1.5 ਸਾਲ ਉਹਨਾਂ ਕੋਲ ਰਾਤ ਦਿਨ ਉੜਿਆ ਕਬੂਤਰ ਕਬੂਤਰੀਆਂ ਜੀ, ਉਹ ਉੜੇ ਹੋਏ, ਰੰਗ ਵੀ ਇੱਕੋ ਲੱਗੇ ਆ, ਖੱਬੇ ਪੱਲੇ 'ਚ ਸਬਜ਼ ਅਤੇ ਉਹ ਫਿਰੋਜ਼ੀ ਜਿਹਾ ਕਲਰ, ਇੱਕੋ ਦੋਨਾਂ 'ਚ ਇੱਕੋ ਜਿਹਾ ਰੰਗ ਲੱਗਾ, ਇਹ ਨਹੀਂ ਗਾ ਫੜਦੇ ਆ, ਇਹ ਚੈੱਕ ਕਰੋ। ਮੈਂ ਦਿੰਦਾ ਹੁਣ ਤਬਾਰ ਵਾਲੀ ਸ਼ੈ, ਇਸ ਕਬੂਤਰ ਨੂੰ ਸਹਾਰੇ ਨੂੰ ਜੋੜੇ ਲਾ ਲਈਓ ਜਨਾਬ, ਜ਼ਿੰਦਗੀ ਰਹੀ ਤੈਨੂੰ ਵੀ ਯਾਦ ਕਰਿਆ, ਇਹੀ ਮਾਦੀ ਭਵਨ ਨਾਲ ਲਾ ਲਈਆ ਟੈਡੀ ਆ, ਜੋੜਾ ਵੀ ਬਣਦਾ ਜੀ, ਕਿਉਂਕਿ ਉੜੇ ਆ ਰਾਤਾਂ ਰੇ ਪੱਠੀਆਂ ਪੱਠੇ ਆ ਜੀ। ਔਰ 10-12 ਸਾਹ ਪੱਠੀਆਂ ਪੱਠੇ ਨੇ ਤਾਂ ਵਜੂਦ ਦੇਖ ਲਓ, ਜਦੋਂ 2-2 ਸਾਲ ਦੇ ਹੋਣੇ ਤਾਂ ਭਾਅ ਜੀ ਜਿੱਥੇ ਲੱਗ ਗਏ ਸ਼ਾਮਾਂ ਹੀ ਆ ਬਸ ਇਹਨਾਂ ਦੀਆਂ। ਇਹ ਜਿਹੜੀ ਜ਼ੀਰੀ ਆ, ਇਹਨੂੰ ਸ਼ੌਕ ਆ ਜੀ ਰਾਤ ਰਹਿਣ ਦਾ, ਇਹ ਕਹਿੰਦੀ ਮੇਰੇ ਲਈ ਸਵਾਬ ਦਾ ਕੰਮ ਆ ਗੋਲਡਨ ਜ਼ੀਰੀ। ਇਹ ਕਬੂਤਰ ਕਿਸੇ ਭਰਾ ਨੂੰ ਮੈਂ ਕਿਹਾ ਦਈਏ ਜ਼ਰਾ ਯਾਦ ਕਰੇ।